ਲਿਆਉਣੀ ਆ ਰਹਿਣ ਦੇ ਹਲਦੀ ਵਾਲਾ ਦੁੱਧ ਦੀ ਕੀ ਲੋੜ ਆ ਫਿਰ ਮੈਂ ਪੇਨ ਕਿਲਰ ਲਿਆਉਣੀ ਉਧਰ ਪਈਆ ਦਰਦ ਹੁੰਦਾ ਹੋਣਾ ਉਹ ਯਾਰ ਮੰਮੀ ਨੂੰ ਇਹਨਾਂ ਚੀਜ਼ਾਂ ਨਾਲ ਨਹੀਂ ਫਰਕ ਪੈਣਾ ਫਿਰ ਹੋਰ ਹੁਣ ਮੈਂ ਕੀ ਕਰਾਂ ਜਿੰਨਾ ਮੰਮੀ ਨੂੰ ਫਰਕ ਪੈ ਜਵੇ ਕਿਵੇਂ ਫਰਕ ਪਊਗਾ ਕਿਵੇਂ ਫਰਕ ਪਊਗਾ ਹਾਂ ਕਿੱਦਾਂ ਪਊਗਾ ਇਹਨੂੰ ਠੀਕ ਕਰ ਦੇ ਜਲਦੀ ਤੂੰ ਇੱਕ ਕੰਮ ਕਰ ਜਿਹੜੀ ਮੰਮੀ ਦੀ ਫੇਵਰੇਟ ਨੂੰ ਆ ਨਾ ਉਹਨੂੰ ਬੁਲਾ ਕੇ ਲੈ ਕੇ ਆ ਉਹ ਕੀ ਕਰੂ ਉਹ ਉਹਨੇ ਤਾਂ ਠੀਕ ਕਰਨਾ ਉਹਨੂੰ ਬੁਲਾਓ ਉਹ ਮੰਮੀ ਦੀ ਸੇਵਾ ਕਰੂ ਆ ਕੇ ਉਹ ਤੇਰਾ ਦਿਮਾਗ ਖਰਾਬ ਹੈ ਉਹ ਕਿਉਂ ਸੇਵਾ ਕਰੂ ਮੇਰੀ ਆ ਕੇ ਲੈ ਮੰਮੀ ਤੁਸੀਂ ਗੱਲ ਕਰਦੇ ਤਾਂ ਕਹਿੰਦੇ ਹੁੰਦੇ ਹੋ ਵੀ ਗਵਾਂਢੀਆਂ ਦੀ ਨੂੰ ਆਏ ਆ ਗਵਾਂਢੀਆਂ ਦੀ ਨੂੰ ਆਏ ਆ ਉਹ ਸੇਵਾ ਵੀ ਗਵਾਂਢੀਆਂ ਦੀ ਨੂੰ ਹੀ ਵਧੀਆ ਕਰੂਗੀ ਉਹ ਕਿਉਂ ਝੱਲੀਆ ਮਾਰੀ ਜਾਣਾ ਜੇ ਉਹਦੀ ਸੱਸ ਬਿਮਾਰ ਹੋ ਤੇ ਮਿੰਦੋ ਚਲੀ ਜਾਓ ਉਹ ਫਿਰ ਮਿੰਦੋ ਦੇ ਨਾਲ ਕੰਪੈਰੀਜ਼ਨ ਕਾਹਤੇ ਕਰਦੇ ਹੁੰਦੇ ਹੋ ਹੁਣ ਗਾਹ ਉਹ ਪੁੱਛਦੀ ਪਈ ਆ ਕਿ ਜਿਹਨੂੰ ਤਾਨੇ ਮਾਰਦੇ ਹੁੰਦੇ ਉਹ ਪੁੱਛਦੀ ਪਈ ਆ ਉਹ ਕੋਈ ਰਿਸ਼ਤੇਦਾਰ ਆ ਜਾਵੇ ਤਾਂ ਮਿੰਦੋ ਮਾੜੀ ਜੇ ਇਹ ਆਪਣੀ ਕੁਛ ਕਰੇ ਤਾਂ ਮਿੰਦੋ ਮਾੜੀ ਜੇ ਤੁਹਾਨੂੰ ਪੁੱਛ ਕੇ ਕਰੇ ਤਾਂ ਮਿੰਦੋ ਮਾੜੀ ਚੰਗਾ ਕੌਣ ਗਵਾਂਢੀਆਂ ਦੀ ਨੂੰਹ ਚੰਗੀ ਆ ਹੁਣ ਉਹਨੂੰ ਬੁਲਾਓ ਕਰਵਾਓ ਸੇਵਾ ਉਹ ਮੰਮੀ ਕਿਸੇ ਦੇ ਘਰ ਦੇ ਵਿੱਚ ਕੀ ਹੁੰਦਾ ਅਗਲਾ ਤੁਹਾਨੂੰ ਗਾਹ ਖੋਲ੍ਹ ਕੇ ਦੱਸੂਗਾ ਪੂਰਾ ਉਹ ਜਿਹੜੀ ਨੂੰਹ ਦੀ ਤੁਸੀਂ ਗੱਲ ਕਰਦੇ ਹੋ ਨਾ ਉਹ ਸੱਸ ਉਹਨੂੰ ਮਣ ਮਣ ਗਾਲਾਂ ਕੱਢਦੀ ਆ ਘਰ ਵਾਲਾ ਮੇਰੇ ਨਾਲ ਹੀ ਕੰਮ ਕਰਦਾ ਉਹਦਾ ਅਗਲਾ ਕਹਿੰਦਾ ਵੀ ਰੋਟੀ ਤੱਕ ਨਹੀਂ ਪੁੱਛਦੀ ਤਾਂ ਤੁਹਾਨੂੰ ਉਹ ਚੰਗੀ ਲੱਗਦੀ ਆ ਅਤੇ ਉਹਦੇ ਗੱਲਾਂ ਦੇ ਵਿੱਚ ਆ ਕੇ ਤੁਸੀਂ ਇਹਨੂੰ ਗਾਲਾਂ ਕੱਢੀ ਜਾਂਦੇ ਹੋ ਇਹਨੂੰ ਮਾੜਾ ਕਹੀ ਜਾਂਦੇ ਹੋ ਉਹ ਇਹ ਸਿਰਫ ਇੱਕ ਘਰ ਦਾ ਹਾਲ ਨਹੀਂ